ਹੰਜੀ ਕਿੱਦਾਂ ਸਾਰੇ ਸਾਰੇ ਸਸ਼੍ਰੀ ਕਾਲ ਜੀ ਤੇ ਜਿੱਥੇ ਮਾਹੌਲ ਖਰਾਬ ਕਰਨ ਦੀ ਗੱਲ ਹੋਵੇ ਤੇ ਬੀਜੇਪੀ ਮੋਰੇ ਨਾ ਹੋਵੇ ਇਦਾਂ ਕਿੱਦਾਂ ਹੋ ਸਕਦਾ ਸਾਰੇ ਪਾਸੇ ਵੀਡੀਓ ਪਚਾਓ ਤੁਹਾਨੂੰ ਦਿਖਾਉਣੇ ਬੀਜੇਪੀ ਦੀਆਂ ਕਰਤੂਤਾਂ ਪਟਿਆਲੇ 'ਚ ਜੋ ਹੋਇਆ ਬੀਜੇਪੀ ਵਾਲਿਆਂ ਦਾ ਵੀ ਹੱਥ ਹੈ ਤੁਹਾਨੂੰ ਦਿਖਾਉਣੇ ਆ ਜੀ ਕਿਸੇ ਗੋਦੀ ਮੀਡੀਆ ਨੇ ਨਹੀਂ ਦਿਖਾਉਣਾ ਸਾਰੇ ਗਰੁੱਪਾਂ 'ਚ ਸ਼ੇਅਰ ਕਰਿਓ ਸਿੱਖਾਂ ਨੂੰ ਕਿੱਦਾਂ ਬਦਨਾਮ ਕੀਤਾ ਜਾ ਰਿਹਾ ਪੂਰੇ ਭਾਰਤ 'ਚ ਇਹ ਕਿਹਾ ਜਾ ਰਿਹਾ ਮੀਡੀਆ ਵੱਲੋਂ ਵੀ ਸਿੱਖ ਤਲਵਾਰਾਂ ਲੈ ਕੇ ਮੰਦਿਰ 'ਚ ਗਏ ਸੀ ਤੁਹਾਨੂੰ ਇਹਨਾਂ ਦੀਆਂ ਕਰਤੂਤਾਂ ਦਿਖਾਉਣੇ ਆ ਮਿੱਤਰੋ ਸਾਰੇ ਪਾਸੇ ਸ਼ੇਅਰ ਕਰਿ ਕਰਦੇ ਆ ਆ ਦੇਖੋ ਜੀ ਆ ਦੇਖੋ ਜਿਹੜੇ ਉੱਥੇ ਕੱਲ ਕਰ ਰਹੇ ਸੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਆ ਬੀਜੇਪੀ ਦਾ ਲੀਡਰ ਆ ਜੀ ਤੁਹਾਨੂੰ ਦਿਖਾਉਨੇ ਆ ਜੀ ਜਲਦੀ ਜਲਦੀ ਸਾਡੀ ਰੀਚ ਬੋਕਟ ਆਈਓ ਕਿਉਂਕਿ ਆਪਾਂ ਸੱਚ ਦਿਖਾਉਨੇ ਆ ਇਹ ਨਹੀਂ ਚਾਹੁੰਦੇ ਵੀ ਸੱਚ ਲੋਕਾਂ ਤੱਕ ਪਹੁੰਚੇ ਤੁਸੀਂ ਬਚਾਉਣਾ ਆ ਤੁਹਾਨੂੰ ਦਿਖਾਉਨੇ ਅਮਿਤ ਸ਼ਾਹ ਦਾ ਖਾਸ ਬੰਦਾ ਕੱਲ ਪਟਿਆਲੇ ਚ ਜੋ ਹੋਇਆ ਤੇ ਕੈਪਸ਼ਨ ਦਿਖਾਉਨੇ ਆ ਤੁਹਾਨੂੰ ਮੀਡੀਆ ਦੇ ਵੀ ਸਿੱਖ ਮੰਦਰ ਚ ਕਿਰਪਾਨਾਂ ਲੈ ਕੇ ਗਏ ਬਾਈ ਜੀ ਇੰਨਾ ਝੂਠ ਹੈ ਨਾ ਝੂਠ ਹੈ ਨਾ ਝੂਠ ਯਾਰ ਆ ਦੇਖੋ ਆ ਤੁਹਾਡੇ ਸਾਹਮਣੇ ਆ ਤਲਵਾਰਾਂ ਚੱਕੀ ਘੁੰਮਦੇ ਆ ਆ ਬੰਦਾ ਕੌਣ ਆ ਤੁਹਾਨੂੰ ਦਿਖਾਉਨੇ ਬਾਈ ਜੀ ਜਿਹੜਾ ਸਿੰਗਲਾ ਵਿਛਿਪ ਸੈਨਾ ਵਾਲੇ ਜਿਸ ਨੇ ਕਿਹਾ ਸੀ ਇਕੱਠ ਕਰਨ ਦਾ ਉਹਦਾ ਵੀ ਦਿਖਾਉਨੇ ਆ ਪਹਿਲਾਂ ਦੇਖੋ ਜਿੱਥੇ ਬੀਜੇਪੀ ਹੋਵੇ ਜਿੱਥੇ ਦੰਗੇ ਹੋਣ ਦੀ ਕੋਸ਼ਿਸ਼ ਹੋਵੇ ਬੀਜੇਪੀ ਨਾ ਹੋਵੇ ਇਦਾਂ ਕਿਦਾਂ ਹੋ ਸਕਦਾ ਦੇਖ ਲਿਆ ਨਾ ਤੁਸੀਂ ਇਹ ਬੰਦਾ ਕੌਣ ਆ ਇਹ ਖਾਸ ਆ ਜੀ ਅਮਿਤ ਸ਼ਾਹ ਦਾ ਇਹ ਦੇਖ ਸਕਦੇ ਆ ਜੀ ਤੁਸੀਂ ਅਮਿਤ ਸ਼ਾਹ ਗੰਜਾ ਤੇ ਦੇਖੋ ਤੇ ਇਸ ਦਾ ਨਾਂ ਵੀ ਦਿਖਾਉਨੇ ਆ ਬਾਈ ਜੀ ਤੁਹਾਨੂੰ ਆ ਦੇਖ ਲਓ ਜੀ ਬਰਨ ਜਿੰਦਲ ਬੀਜੇਪੀ ਇਹ ਦੇਖ ਸਕਦੇ ਆ ਬਾਈ ਜੀ ਭਾਜਪਾ ਪਟਿਆਲਾ ਸ਼ਹਿਰੀ ਦਾ ਬਰਨੂ ਜਿੰਦਲ ਦੇਖ ਸਕਦੇ ਆ ਸੇਮ ਇਨਸਾਨ ਆ ਇੱਕ ਵਾਰੀ ਫੇਰ ਦਿਖਾ ਦੇਣਾ ਜੇ ਕਿਸੇ ਨੂੰ ਕੋਈ ਸ਼ੱਕ ਸ਼ਿਕਵਾ ਆ ਤੇ ਤੁਹਾਡਾ ਪੂਰਾ 100% ਸ਼ੋਰ ਹੋ ਜੂ ਦੇਖੋ ਬੰਦੇ ਦੀ ਤਸਵੀਰ ਤੇ ਫੇਰ ਦਿਖਾਉਣਾ ਆ ਲਓ ਦੇਖੋ ਮੋਰੇ ਸੀ ਸਾਰਿਆਂ ਤੋਂ ਕਿਰਪਾਨਾਂ ਚੱਕੀ ਘੁੰਮਦੇ ਬਰਨ ਜਿੰਦਲ ਹੈਗਾ ਵੀ ਪਟਿਆਲੇ ਸ਼ਹਿਰ ਦਾ ਸਾਰੇ ਪਾਸੇ ਹੁਣ ਤੁਸੀਂ ਪਹਚਾਉਣੀ ਆ ਇਹ ਕੀ ਕਰ ਰਹੇ ਆ ਸਿੱਖਾਂ ਨੂੰ ਬਦਨਾਮ ਕਿੱਦਾਂ ਕਰ ਰਹੇ ਆ ਆ ਲਓ ਜੀ ਦੇਖੋ ਸਾਰੇ ਪਾਸੇ ਇਹ ਪੁੱਛਾ ਰਹੇ ਆ ਟਵਿੱਟਰ ਤੇ ਸਾਰੇ ਇੰਟਰਨੈਟ ਤੇ ਵੀ ਆਰਮਡ ਸਿੱਖ ਸਿੱਖ ਕਿਰਪਾਨਾਂ ਲੈ ਕੇ ਮਾਂ ਕਾਲੀ ਦੇ ਮੰਦਿਰ ਚ ਗਏ ਪਟਿਆਲੇ ਚ ਕਿਰਪਾਨਾਂ ਤੇ ਪੱਥਰ ਲੈ ਕੇ ਹਿੰਦੂ ਸਾਹਿਬ ਟੇਕਨ ਸ਼ੈਲਟਰ ਇਨਸਾਈਡ ਵੀ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਲੁਕਣਾ ਪਿਆ ਦਸੇਕ ਮੋ ਵਾਸ పార్ਟ ਆਫ ਅ ਆਰਬ ਖਾਲਿਸਤਾਨ ਰੈਲੀ ਕਾਊਰਡ ਇਨ ਟੂ ਟੈਂਪਲ ਪੀ ਜਿਹੜੇ ਸਿੱਖ ਸੀ ਕਿਰਪਾਨਾਂ ਵਾਲੇ ਪੱਥਰਾਂ ਵਾਲੇ ਇਹ ਖਾਲਿਸਤਾਨ ਵਾਲਿਆਂ ਦੀ ਭੀੜ ਦੀ ਰੈਲੀ ਸੀ ਜਿਹੜੀ ਕੀ ਇਨੀ ਜਾਣ ਕੇ Hindu ਮੰਦਿਰ ਦੇ ਬਾਹਰ ਰੱਖੀ ਇਹ ਇਹਨਾਂ ਦਾ ਕੈਪਸ਼ਨ ਆ ਬਾਈ ਜੀ ਪਰ ਸੱਚ ਤੁਹਾਨੂੰ ਸਭ ਨੂੰ ਪਤਾ ਹੀ ਆ ਸੱਚ ਕੀ ਆ ਤੁਹਾਨੂੰ ਦਿਖਾਉਣਾ ਇਦਾਂ ਬ੍ਰੇਨਵਾਸ਼ ਕੀਤਾ ਜਾਂਦਾ ਲੋਕਾਂ ਦਾ ਦੇਖੋ ਲੱਖ ਲੋਕਾਂ ਨੇ ਦੇਖ ਵੀ ਲਈ ਆ 1600 ਰੀਟਵੀਟ ਟਵਿੱਟਰ ਤੇ ਟਵਿੱਟਰ ਇਹ ਤੁਹਾਨੂੰ ਇੱਕ ਦਿਖਾਈ ਤਸਵੀਰ ਟਵਿੱਟਰ ਸਾਰੀ ਤੇ ਇਦਾਂ ਹੀ ਨਹੀਂ ਦਿਖਾਇਆ ਬਈ ਸਿੱਖਾਂ ਨੇ ਮਾਂ ਦੇ ਕਾਲੀ ਮਾਂ ਦੇ ਮੰਦਿਰ ਤੇ ਅਟੈਕ ਕਰਤਾ ਬਾਈ ਜੀ ਇਦਾਂ ਸਿੱਖਾਂ ਦੀ ਭੰਡੀ ਹੁੰਦੀ ਸਾਰੇ ਭਾਰਤ ਚ ਤੁਹਾਨੂੰ ਦਿਖਾਉਣਾ ਇਹਨਾਂ ਦੀਆਂ ਹੋਰ ਕਰਤੂਤਾ ਤੇ ਕਾ ਲਓ ਜੀ ਇੱਕ ਆ opindia.com ਇੱਕ ਇਹ ਤੇ ਇਹ ਵੀ ਲਓ ਜੀ ਅਖੇ ਖਾਲਸਤਾਨੀ ਭੰਗੜੇ ਪਾ ਰਿਆ ਪੁਲਿਸ ਫਾਇਰ ਕਰ ਰਹੀ ਆ ਖਾਲਸਤਾਨੀਆਂ ਨੇ ਅਟੈਕ ਕਰਤਾ ਮੰਦਰ ਤੇ ਇਹ ਇਨਾਂ ਦੇ ਕੈਪਸ਼ਨ ਆ ਦੇਖ ਸਕਦੇ ਆ ਤੁਸੀਂ ਸਾਰੇ ਹੀ ਤੇ ਸੱਚ ਕੀ ਆ ਸੱਚ ਵੀ ਤੁਹਾਨੂੰ ਦਿਖਾਉਣੇ ਆ ਸੱਚ ਰੌਲਾ ਸ਼ੁਰੂ ਕਿੱਥੋਂ ਹੋਇਆ ਆ ਸਿੰਗਲਾ ਇਹਦੇ ਛੱਤਰ ਐਨੇ ਪਏ ਬਾਈ ਜੀ ਇਹਦੇ ਛੱਤਰ ਸਿੰਘਾਂ ਨੇ ਨਹੀਂ ਮਾਰੇ ਆਪਣੇ ਹਿੰਦੂ ਭਾਈਚਾਰੇ ਵਾਲੇ ਲੋਕਾਂ ਨੇ ਹੀ ਮਾਰੇ ਆ ਜਿਹੜੇ ਮੰਦਰ 'ਚ ਸੀ ਕਹਿੰਦੇ ਤੂੰ ਮੰਦਰ ਦੇ ਬਾਹਰ ਇਹ ਕਿਉਂ ਰੱਖੀ ਇਦਾਂ ਰੈਲੀ ਇਸ ਇਨਸਾਨ ਨੇ ਰੈਲੀ ਰੱਖੀ ਸੀ ਖਾਲਿਸਤਾਨ ਦੇ ਵਿਰੁੱਧ ਦੇਖ ਸਕਦੇ ਆ ਇਹਦਾ ਸਕਿਉਰਟੀ ਵਾਲੇ ਸਿੰਘਲਾ ਛਿਪਸੇਨ ਵਾਲਾ ਤੇ ਦੇਖ ਸਕਦੇ ਆ ਤੇ ਇਹ ਕਿਰਪਾਨਾਂ ਲੈ ਕੇ ਕਿਦਾਂ ਨਾਹਰੇਵਾਜੀ ਕਰ ਰਿਹਾ ਇਹਦੇ ਨਾਲ ਤੁਰਿਆ ਨਾ ਟੌਰ ਨਾਲ ਤੇ ਇਹਦੀ ਗੱਡੀ ਵੀ ਪੰਨੀ ਇਹਦੇ 76 ਵੀ ਮਾਰੇ ਤੇ ਸ਼ਿਵਸਾ ਨੇ ਆਲਿਆ ਨੇ ਵੀ ਇਹਨੂੰ ਬਾਹਰ ਦਾ ਰਸਤਾ ਦਿਖਾਇਆ ਇਹਦੀ ਤਾਇੇ ਤੱਕ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਆ ਚੌੜਾ ਤੁਰਿਆ ਜਾਂਦਾ ਨਾ ਬੋਡੀਗਾਰਡ ਲੈ ਕੇ ਚੌੜਾ ਹੋ ਕੇ ਤੁਰਿਆ ਦੇਖੋ ਕਿਦਾਂ ਇਸ ਨੇ ਰੱਖੀ ਸੀ ਰੈਲੀ ਮੰਦਰ ਦੇ ਬਾਹਰ ਤੇ ਆਹ ਦੇ 76 ਇਹਦੇ ਆਪਣੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਹੀ ਮਾਰੇ ਭਈ ਤੂੰ ਮੰਦਰ ਦੇ ਬਾਹਰ ਕਿਉਂ ਰੈਲੀ ਰੱਖੀ ਆ ਦੇਖੋ ਉਹੀ ਸੇਮ ਬੋਡੀਗਾਰਡ ਆ ਉਹੀ ਕੋੜਤੇ ਵਾਲਾ ਸਿੰਗਲਾ ਆ ਇਹਦੇ 76 ਬਹੁ ਪਾਏ ਬਾਈ ਜੀ ਦੇਖੋ ਆਪਣੇ ਹਿੰਦੂ ਭਰਾਵਾਂ ਨੇ ਇਹਨੂੰ ਕੁੱਟਿਆ ਕਿਉਂਗੇ ਯਾਰ ਤੂੰ ਰੈਲੀ ਕਿਤੇ ਹੋਰ ਰੱਖ ਜੋ ਪਹਿਲੀ ਤੱਕ ਰੱਖਣੀ ਕਾ ਤੇ ਖਾਲਸਤਾਨ ਦੇ ਵਿਰੁੱਧ ਦੱਸ ਤੇਰੇ ਕੀ ਚਲੂਨੇ ਲੜਦੇ ਆ ਹਾਂਜੀ ਪੀ ਤੈਨੂੰ ਕੀ ਅਗਲੇ ਮੰਗਦੇ ਆ ਅਗਲੇ ਮੰਗਦੇ ਮਿਲ ਗਿਆ ਠੀਕ ਹੈ ਨਹੀਂ ਨਾ ਸੀ ਜੋ ਵੀ ਆ ਸਭ ਨੂੰ ਸੰਵਿਧਾਨ ਦੇ ਅਨੁਸਾਰ ਹੱਕ ਆ ਹੱਕ ਮੰਗਣ ਦਾ ਹੱਕ ਆ ਸ਼ਾਂਤੀਮਈ ਤਰੀਕੇ ਨਾਲ ਇਹ ਸਿੰਘਲੇ ਤੇ ਛੱਤਰਬਾਈ ਜੀ ਆਪਣੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਫੇਰੇ ਤੇ ਹੋਰ ਦਿਖਾਉਣੇ ਇਹਦੀ ਗੱਡੀ ਵੀ ਭੰਨੀ ਜਿਦਾ ਕੁਟਾਪਾ ਇੰਨਾ ਚੜਿਆ ਰਹੇ ਰੱਬ ਦਾ ਨਾਮ ਦੇਖੋ ਬੱਤੀਆਂ ਜਗਦੀਆਂ ਨਾ ਲਾਲ ਨੀਲੀਆਂ ਇਹਦੀ ਗੱਡੀ ਤੇ ਇੱਟ ਪਈ ਆ ਆ ਦੇਖੋ ਇਹ ਸਿੰਘਲੇ ਦੀ ਗੱਡੀ ਤੇ ਆਈਦਾ ਉਹੀ ਬੋਡੀਗਾਰਡ ਆ ਵਿੱਚ ਬੈਠਾ ਫਿਰ ਭੱਜਿਆ ਛੱਤਰ ਖਾ ਕੇ ਤੇ ਛਿਪਸੇਨਾ ਵਾਲਿਆਂ ਨੇ ਵੀ ਇਹਨੂੰ ਬਾਹਰ ਕਰਤਾ ਕਿ ਜਿਹੜੀ ਇਸਨੇ ਰੈਲੀ ਰੱਖੀ ਸੀ ਕਾਲੀ ਮਾਂ ਦੇ ਮੰਦਿਰ ਦੇ ਬਾਹਰ ਉਹ ਛਿਪਸੇਨਾ ਨੇ ਨਹੀਂ ਸੀ ਕਿਹਾ ਉਹ ਇਸਨੇ ਆਪਣੇ ਤੌਰ ਤੇ ਰੱਖੀ ਸੀ ਸੋ ਛਿਪਸੇਨਾ ਨੇ ਵੀ ਆਪਣਾ ਕਲੈਰੀਫਿਕੇਸ਼ਨ ਕਿਉਂਕਿ ਛਿਪਸੇਨਾ ਬੰਬੇ ਤੋਂ ਚੱਲਦੀ ਆ ਸਭ ਨੂੰ ਪਤਾ ਬਾਲ ਠਾਕਰੇ ਸੋ ਦੇਖ ਸਕਦੇ ਮੁੰਬਈ ਲਿਖਿਆ ਸੋ ਛਿਪਸੇਨਾ ਨੇ ਵੀ ਕਲੈਰੀਫਿਕੇਸ਼ਨ ਦੇ ਦਿੱਤਾ ਆ ਕਿ ਜਿਹੜਾ ਹਰੀਸ਼ ਸਿੰਘਲਾ ਆ ਤੇ ਇਸ ਨੇ ਰੈਲੀ ਰੱਖੀ ਸੀ ਛੇਪਸੇਨਾ ਦਾ ਕੋਈ ਲੈਣਾ ਦੇਣਾ ਨਹੀਂ ਇਸ ਨੇ ਆਪਣੇ ਤੌਰ ਤੇ ਰੈਲੀ ਰੱਖੀ ਸੀ ਖਾਲਿਸਤਾਨ ਦੇ ਵਿਰੁੱਧ ਜੋ ਵੀ ਉੱਥੇ ਮਾਹੌਲ ਖਰਾਬ ਹੋਇਆ ਛੇਪਸੇਨਾ ਬੰਬੇ ਦਾ ਕੋਈ ਲੈਣਾ ਦੇਣਾ ਨਹੀਂ ਸੋ ਸਿੰਗਲੇ ਦੀ ਬਾਈ ਜੀ ਬਹੁ ਮਾੜੀ ਹੋਈ ਛੱਤਰ ਵੀ ਖਾਦੇ ਸਿੰਘਾਂ ਤੋਂ ਵੀ ਛੱਤਰ ਖਾਦੇ ਹਿੰਦੂ ਭਾਈਚਾਰੇ ਵਾਲਿਆਂ ਤੋਂ ਵੀ ਛੱਤਰ ਖਾਦੇ ਗੱਡੀ ਵੀ ਪਨਾਈ ਹਾਂਜੀ ਤੇ ਛੇਪਸਾਨਾ ਨੇ ਵੀ ਬਾਹਰ ਕਰਤਾ ਤੇ ਇਹ ਦੇਖ ਕੋ ਥੋਬੀ ਦਾ ਕੁੱਤਾ ਨਾ ਘਰ ਦੇ ਨਾ ਘਾਟਦਾ ਤੇ ਦੇਖੋ ਜੀ ਕਿੱਦਾਂ ਸੋ ਬਾਈ ਜੀ ਮਾਹੌਲ ਮੈਂ ਜਦੋਂ ਆਮ ਆਦਮੀ ਦੀ ਸਰਕਾਰ ਬਣੀ ਸੀ ਮੈਂ ਤੁਹਾਨੂੰ ਫੇਰ ਵੀ ਦਿਉਦ ਖਾਦੂ ਨੇ ਉੱਦਣ ਹੀ ਕਿਹਾ ਸੀ ਮਾਹੌਲ ਖਰਾਬ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਹੋਣੀਆਂ ਆ ਸੋ ਭਾਜਪੀ ਵਾਲੇ ਤਾਂ ਸਭ ਤੋਂ ਮੋਰੇ ਹੁੰਦੇ ਇਦਾਂ ਦੇ ਕੰਮਾਂ 'ਚ ਇਹ ਕੱਲ ਦੀ ਤਸਵੀਰ ਆ ਤੇ ਤੁਹਾਨੂੰ ਹੋਰ ਦਿਖਾਉਣਾ ਬਾਈ ਜੀ ਹੋਰ ਦਿਖਾਉਣਾ ਤੇ ਦੇਖੋ ਇਹਨਾਂ ਦੇ ਕੈਪਸ਼ਨ ਦੇਖੋ ਤੇ ਆਹ ਦੇਖੋ ਏਐਨਆਈ ਸਭ ਤੋਂ ਵੱਡਾ ਆਧਾਰ ਆ ਮੀਡੀਆ ਦਾ ਇੰਡੀਆ ਦਾ ਵੀ ਕਹਿੰਦੇ ਪੰਜਾਬ 'ਚ ਪਟਿਆਲੇ 'ਚ ਨਿਹੰਗ ਸਿੱਖ ਨੇ ਐਸਐਚਓ ਦਾ ਹੱਥ ਵੱਢਤਾ ਹਾਂਜੀ ਦੇਖ ਸਕਦੇ ਆਂ ਬਾਈ ਇਹ ਕਿਦਾਂ ਸਿੱਖਾਂ ਨੂੰ ਪੂਰੇ ਭਾਰਤ 'ਚ ਬਦਨਾਮ ਕਰ ਰਹੇ ਆ ਹੁਣ ਸਾਰੀ ਸਾਰਾ ਇੰਡੀਆ ਵਾਲੇ ਲੋਕ ਤਾਂ ਪਟਿਆਲੇ ਦਾ ਕੋਈ ਪਹੁੰਚਿਆ ਨਹੀਂ ਹੁਣੀ ਤਾਂ ਜੋ ਮੀਡੀਆ ਨੇ ਦਿਖਾਉਣਾ ਉਹੀ ਦੇਖਣਾ ਉਹੀ ਸੱਚ ਮੰਨਣਾ ਸੋ ਦੇਖ ਸਕਦੇ ਆਂ ਇਹ ਪਟਿਆਲਾ ਨਿਹੰਗ ਸਿੱਖ ਅਟੈਕ ਐਸ ਐਚਓ ਆਫ ਪੰਜਾਬ ਪੁਲਿਸ ਹੌਟ ਪਯੂ ਦਾ ਹੱਥ ਵੱਡਦਾ ਐਸ ਐਚਓ ਦਾ ਇਹ ਬਾਈ ਜੀ ਏ ਐਨ ਆਈ ਐਨਆਈਪਾਤ ਸਭ ਤੋਂ ਵੱਡਾ মিডিਆ ਦਾ ਅਦਾਰਾ ਕਹਿ ਰਿਹਾ ਆ ਸੋ ਦੇਖੋ ਕਿਦਾਂ ਚਾਰੇ ਪਾਸੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਆ ਸੋ ਭਾਈ ਜੀ ਉਹੀ ਗੱਲ ਘਾਟ ਸਾਡੇ ਚ ਵੀ ਸਾਡਾ ਯੂ ਤਾਂ ਟਿਕਟਾਕ ਦੇ ਯਾਰ ਕੱਚੇ ਬਾਦਾਮ ਖਰੀ ਜਾਂਦਾ ਆ ਸੋ ਭਾਈ ਜੀ ਇਹਨਾਂ ਨੂੰ ਇਹਨਾਂ ਦਾ ਤੁਸੀਂ ਟੈਗ ਇਹਨਾਂ ਦਾ ਟੱਕਰ ਲੜ ਕੇ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਹੀ ਟਵਿੱਟਰ ਤੇ ਹੀ ਇਹਨਾਂ ਦੀਆਂ ਝੂਠ ਦੀਆਂ ਪੋਲਾਂ ਖੋਲੋ ਟਵਿੱਟਰ ਤੇ ਆਓ ਲੋਕਾਂ ਨੂੰ ਸੱਚ ਦਿਖਾਓ ਹੋਰ ਆ ਸਟੇਟਾਂ ਵਾਲਿਆਂ ਨੂੰ ਇਹ ਕਿਦਾਂ ਸਾਡੀ ਭੰਡੀ ਕਰ ਰਹੇ ਆ ਸਿੱਖਾਂ ਦੀ ਤੇ ਹੋਰ ਦਿਖਾਉਣਾ ਭਾਈ ਜੀ ਤੇ ਆ ਤਸਵੀਰ ਦਿਖਾਉਣਾ ਤੁਹਾਨੂੰ ਹੋਰ ਤੇ ਬਾਈ ਆ ਵੀ ਦੱਸਿਓ ਸੋ ਇਹ ਬਾਈ ਜੀ ਖਾਲਸਾ ਜੀ ਜੁਗ ਜੁਗ ਜੀਣ ਤੇ ਰੋਡੇ ਪਿੰਡ ਜੇ ਮੈਂ ਗਲਤ ਨਾ ਹੋਵਾਂ ਰੋਡੇ ਪਿੰਡ ਤੋਂ ਵੀ ਆਪਾਂ ਨੂੰ ਬਹੁਤ ਸੁਣਦੇ ਹੋਣੇ ਆ ਤੇ ਖਾਲਸਾ ਜੀ ਅਮਰ ਧਾਰੀਆ ਜੀ ਮੋਬਾਈਲ ਟਾਵਰ ਤੇ ਚੜ ਗਏ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਉੱਥੇ ਚੜ ਗਏ ਆ ਮੁੱਗੇ ਚ ਆ ਰੋਡੇਪਿੰਡ ਤੇ ਸਹੀ ਦੱਸਿਓ ਜੇ ਮੈਂ ਪਿੰਡ ਦਾ ਨਾਮ ਸਹੀ ਲਿਆ ਕੀ ਇਹ ਤੁਹਾਡੇ ਪਿੰਡ ਜੀ ਇਸ ਤਰ੍ਹਾਂ ਰੋਡੇਪਿੰਡ ਤੋਂ ਵੀ ਬਹੁਤ ਵੀਰ ਭਰਾ ਸੁਣਦੇ ਆ ਦੱਸਿਓ ਜੀ ਤੇ ਖਾਲਸਾ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਟਾਵਰ ਤੇ ਬੈਠ ਗਏ ਆ ਵੀ ਬੰਦੀ ਸਿੰਘਾਂ ਨੂੰ ਰਹਾ ਕੀਤਾ ਜਾਵੇ ਤੇ ਕਮੈਂਟ ਵਿੱਚ ਦੱਸਿਓ ਵੀਰ ਭਰਾ ਆ ਪਈਏ ਤੁਹਾਡੇ ਪਿੰਡ ਦੇ ਹੀ ਆ ਜਾਂ ਕਿਸੇ ਹੋਰ ਪਿੰਡ ਦੇ ਹਾਂਜੀ ਤੇ ਬਾਕੀ ਹੋਰ ਉਹ ਦੋ ਕਾਨੂੰਨ ਕਾਲੇ ਕਾ ਦੋ ਦੋ ਹਮਦਾਨ ਕਿਉਂ ਆ ਆ ਬਾਈ ਨੂੰ ਆ ਬਾਈ ਨੂੰ ਹੱਥਕੜੀਆਂ ਕਿਉਂ ਲਾਈਆਂ ਕੀ ਇਸ ਨੇ ਕੋਈ ਬੰਬ ਤਮਾਕਾ ਕੀਤਾ ਕਤਲ ਕੀਤਾ ਕਿਸੇ ਦਾ ਕੀ ਕੀਤਾ ਕੀਤਾ ਕੀ ਬਸ ਸਿੰਘ ਸੂਰਮਿਆਂ ਦੀਆਂ ਕਿਤਾਬਾਂ ਰੱਖੀਆਂ ਸੀ ਇਸ ਨੇ ਬਸ ਇਸ ਦਾ ਇਹੀ ਕਸੂਰ ਆ ਇਹ ਭਾਰਤ 'ਚ ਜੰਮਿਆ ਆ ਘਟ ਗਣਤੀ ਵਾਲੇ ਧਰਮ ਸਿੱਖ ਧਰਮ ਚ ਜੰਮਿਆ ਆ ਹਾਂਜੀ ਜਿਨ੍ਹਾਂ ਦੀ ਇੰਡੀਆ ਚ ਘੱਟ ਗਿਣਤੀ ਆ ਤੇ ਆਪਣੇ ਸਿੱਖ ਇਤਿਹਾਸ ਦੇ ਸੂਰਮਿਆਂ ਦੀਆਂ ਕਿਤਾਬਾਂ ਰੱਖੀਆਂ ਸੀ ਤੇ ਇਸ ਦਾ ਇਹੀ ਜੁਰਮਿਆਂ ਤੇ ਹੱਥਕੜੀਆਂ ਦੇਖ ਲਓ ਬਾਈ ਜੀ ਇਹ ਆ ਜੀ ਉੱਥੇ ਦੇ ਦੋ ਸੰਵਿਧਾਨ ਤੇ ਹੋਰ ਦੋਗਤ ਤਸਵੀਰਾਂ ਹੋਰ ਦਿਖਾਉਣਾ ਬਾਈ ਸਭ ਨੂੰ ਨਿਮਰਤਾ ਸਹਿਤ ਬੇਨਤੀ ਆ ਵੱਧੋ ਵੱਧ ਸਾਰੇ ਗਰੁੱਪਾਂ ਚ ਸ਼ੇਅਰ ਕਰਿਓ ਬਾਈ ਹਾਂਜੀ ਤੇ ਬਾਕੀ ਆ ਵੀ ਦਿਖਾਈ ਜਾਂਦੇ ਆ ਵੀ ਸੰਤ ਭਿੰਡਰਾਂ ਵਾਲਿਆਂ ਦੇ ਪੋਸਟਰ ਸੀ ਉੱਥੇ ਅੱਤਵਾਦੀ ਘੁੰਮਦੇ ਸੀ ਐਦਾ ਉਦਾਂ ਬਾਈ ਜੀ ਸੱਚ ਆ ਅਨਮੋਲ ਬਚਨ ਆ ਪਹਿਲਾਂ ਬਾਰ ਨਹੀਂ ਕਰਨਾ ਚੜ ਕੇ ਆਏ ਦਾ ਲਿਹਾਜ਼ ਨਹੀਂ ਕਰਨਾ ਸੱਚ ਆ ਬਾਈ ਸੋ ਇਹ ਪੜ ਕੇ ਲੂ ਘੰਡੇ ਖੜੇ ਹੁੰਦੇ ਆ ਬਾਹਾਂ ਦੇ ਬਾਈ ਹੈ ਵੀ ਸੱਚ ਆ ਇਸ 'ਚ ਕੋਈ ਝੂਠ ਨਹੀਂਗਾ ਵੀ ਪਹਿਲਾਂ ਕਿਸੇ ਤੇ ਬਾਰ ਨਹੀਂ ਕਰਨਾ ਹਾਂਜੀ ਸੋ ਰੈਲੀ ਉਸਨੇ ਰੱਖੀ ਉਸਨੇ ਕਿਉਂ ਰੱਖੀ ਰੈਲੀ ਦੱਸੋ ਬਾਈ ਆਖੇ ਬਾਈ ਖਾਲਸਤਾਨ ਦੇ ਵਿਰੋਧ ਰੈਲੀ ਹੈ ਸੋ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਆ ਤਹੀ ਗੱਲਾ ਪਹਿਲਾ ਬਾਾਰ ਨਹੀਂ ਕਰਨਾ ਚੜ ਕੇ ਆਏ ਦਾ ਲਿਹਾਜ ਨਹੀਂ ਕਰਨਾ ਸੱਤ ਬਚਨਿਆਂ ਬਾਈ ਜੀ ਸੱਤ ਬਚਨਿਆਂ ਇਸ ਤੇ ਅਮਲ ਕਰਨਾ ਚਾਹੀਦਾ ਸਭ ਨੂੰ ਤੇ ਹੋਰ ਦਿਖਾਉਣਾ ਤੇ ਨਕਲੀ ਸਿੱਖ ਨਕਲੀ ਸਿੱਖ ਮੋਦੀ ਦੇ ਮੋਰੇ ਹੱਥ ਜੋੜੇ ਕੱਲ ਵੀ ਨਕਲੀ ਸਿੱਖਾਂ ਨੇ ਮੋਦੀ ਮੋਰੇ ਹੱਥ ਜੋੜੇ ਪੱਗ ਬੰਨ ਕੇ ਘੁੰਮਦਾ ਸੀਗਾ ਸੋ ਦੇਖ ਸਕਦੇ ਨਕਲੀ ਸਿੱਖਾਂ ਦੀ ਪਛਾਣ ਕਰ ਲਓ ਸੋ ਕੇਸ ਰੱਖ ਕੇ ਜਾਂ ਪੱਗ ਬੰਨ ਕੇ ਕੋਈ ਸਿੱਖ ਨਹੀਂ ਬਣ ਜਾਂਦਾ ਇਹ ਸਾਰੇ ਨਕਲੀ ਆ ਜੀ ਨਕਲੀ ਸੋ ਸਿੱਖ ਕੌਮ ਦਾ ਘਾਣ ਕਰਨ ਜੀ ਇਹਨਾਂ ਦਾ ਵੀ ਯੋਗਦਾਨ ਆ ਸੋ ਦੇਖ ਸਕਦੇ ਆ ਕੱਲ ਵੀ ਬਾਬਾ ਹੀ ਨਕਲੀ ਸਿੱਖ ਮੋਦੀ ਦੇ ਪੈਰੀਂ ਪਏ ਆ ਤੇ ਫੇਰ ਤੁਹਾਨੂੰ ਦਿਖਾਵਾਂ ਟਵਿੱਟਰ ਤੇ ਬਾਈ ਜੀ ਆ ਕੈਨੇਡਾ ਚ ਵੀ ਟ੍ਰੈਂਡਿੰਗ ਚੱਲਦਾ ਪਿਆ ਸਿੱਖ ਹਾਂਜੀ ਇਹ ਕਿਉਂ ਚੱਲਦਾ ਪਿਆ ਕਿਉਂਕਿ ਸਾਡੇ ਸਿੱਖਾਂ ਦੀ ਆ ਦੇਖ ਲਓ ਆ ਟਵਿੱਟਰ ਤੇ ਟ੍ਰੈਂਡਿੰਗ ਚੱਲਦਾ ਪਿਆ ਸਿੱਖ ਆ ਦੇਖੋ ਇਹਦਾ ਜਦੋਂ ਤੁਸੀਂ ਖੋਲੂਗੇ ਸਾਰੀਆਂ ਹੀ ਸਾਡੇ ਸਿੱਖਾਂ ਦੇ ਪੰਜਾਬੀਆਂ ਦੇ ਵਿਰੁੱਧ ਪੋਸਟਾਂ ਆ ਵੀ ਸਿੱਖਾਂ ਨੇ ਐਦਾਂ ਕਰਤਾ ਆ ਦੇਖ ਲਓ ਪਟਿਆਲੇ ਚ ਐਦਾਂ ਕਰਤਾ ਸਿੱਖਾਂ ਨੇ ਮਾਹੌਲ ਖਰਾਬ ਕਰਤਾ ਇੰਡੀਆ ਚ ਆ ਦੇਖ ਲਓ ਸਾਰੇ ਹੀ ਬਾਈ ਜੀ ਪੋਸਟਾਂ ਦੇਖੋ ਸੋ ਸਾਰੇ ਫੇਰ ਬੇਨਤੀ ਆ ਟਵਿੱਟਰ ਤੇ ਆਓ ਸੋ ਭਾਵੋ ਜਿਸ ਧਰਮ ਚ ਜੰਮੇ ਆ ਜਿਸ ਕਮਿਊਨਿਟੀ ਚ ਜੰਮੇ ਆ ਥੋੜਾ ਬਹੁਤਾ ਉਹਦਾ ਵੀ ਕਰ ਲਿਆ ਕਰੋ ਸਾਰੀ ਜ਼ਿੰਦਗੀ ਨੱਚੀ ਗਈ ਨਹੀਂ ਜਾਣਾ ਬਈ ਟਿਕਟੋਕ ਹੀ ਕਰੀ ਜਾਣੀਆਂ ਆ ਸੋ ਬਾਕੀ ਮਰਜੀ ਵੀ ਤੁਹਾਡੀ ਆ ਜ਼ਿੰਦਗੀ ਵੀ ਤੁਹਾਡੀ ਆ ਤੇ ਜਾਂਦੇ ਜਾਂਦੇ ਇੱਕ ਤਸਵੀਰ ਹੋਰ ਦਿਖਾਉਣਾ ਜੀ ਤੇ ਸ਼ੇਅਰ ਕਰਿਓ ਬਦੋ-ਬਦ ਰੀਚ ਆਪਣੀ ਬਹੁਤ ਘਟਾਈਓ ਆ ਤੇ ਇੱਕ ਤਸਵੀਰ ਕਿਹੜੀ ਸੀਗੀ ਤੇ ਕਿਹੜੀ ਰਹਿ ਗਈ ਇੱਕ ਸਕਿੰਟ ਤੇ ਬਾਕੀ ਚਲੋ ਸ਼ਾਮ ਨੂੰ ਦਿਖਾ ਦਾਂਗੇ ਆਹ ਦਖਾਇਓ ਜੀ ਸਾਰਿਆਂ ਨੂੰ ਬੀਜੇਪੀ ਵਾਲਿਆਂ ਦਾ ਮੋਰੀ ਯੋਗਦਾਨ ਸੀ ਸਭ ਤੋਂ ਹਾਂਜੀ ਤੇ ਬਾਕੀ ਸੋ ਫਿਰ ਰਿਕੁਐਸਟ ਹੈ ਜੀ ਮੈਨੂੰ ਵੀ ਬਥੇਰੇ ਅੰਧਪਗਤ ਕਹਿੰਦੇ ਹੁੰਦੇ ਤੂੰ ਬਾਹਰ ਬੈਠਾ ਮਾਹੌਲ ਫਟਕਾਉਣ ਆਇਆ ਤੂੰ ਐਦਾਂ ਘਰ ਦੌੜਦਾ ਆਪਾਂ ਕੋਈ ਮਾਹੌਲ ਨਹੀਂ ਫਟਕਾਉਣੇ ਆਪਾਂ ਤਾਂ ਸਭ ਨੂੰ ਕਹਿੰਨੇ ਆ ਟਵਿੱਟਰ ਤੇ ਆਓ ਬਾਈ ਜੀ ਸੋਸ਼ਲ ਮੀਡੀਆ ਦੇ ਰਾਹੀਂ ਕਰੋ ਜੋ ਵੀ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਪਾਸਪੋਰਟ ਸਾੜੋ ਜਾਂ ਝੰਡਾ ਸਾੜੋ ਮਾਹੌਲ ਤਾਂ ਇਹ ਖਰਾਬ ਕਰਦੇ ਸਭ ਨੂੰ ਪਤਾ ਹੀ ਆ ਸੋ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਸਭ ਤੱਕ ਸੱਚ ਪਹੁੰਚਾਇਓ ਨਹੀਂ ਤਾਂ ਇਹ ਨਹੀਂ ਇਹ ਗੱਲ ਫਲਾ ਦੇਣੀ ਆ ਵੀ ਸਿੱਖ ਕਿਰਪਾਨਾਂ ਲੈ ਕੇ ਮੰਦਿਰ ਚ ਗਏ ਸੀਗੇ ਤੇ ਮੰਦਿਰ ਤੇ ਅਟੈਕ ਕੀਤਾ ਸੋ ਆਪਾਂ ਸਭ ਧਰਮਾਂ ਦੀ ਰਿਸਪੈਕਟ ਕਰਦੇ ਆ ਜੈ ਕਾਲੀ ਮਾਂ ਤੇ ਬਾਕੀ ਸਾਰੇ ਸ਼ੇਅਰ ਕਰਿਓ ਤੇ ਸਾਰਿਆਂ ਰਿਕੁਐਸਟ ਇੱਕਿਆ ਜੀ ਆਪਣੀ ਸਪੋਰਟ ਵੀ ਕਰੋ ਤਾਂ ਜੋ ਕਿਉਂਕਿ ਆ ਮੇਰਾ ਕੋਈ ਫਾਈਨੈਂਸ਼ੀਅਲੀ ਸਪੋਰਟ ਨਹੀਂ ਹੈ ਵੱਡੇ ਵੱਡੇ ادارے ਆ ਸੋ ਤੁਸੀਂ ਸਪੋਰਟ ਕਰਨੀ ਬਾਈ ਜੀ ਕਲਿੱਕ ਕਰਕੇ ਸਭ ਨੂੰ ਪਤਾ ਹੀ ਆ ਲਿੰਕ ਮੈਂ ਪਾ ਦੇਣਾ ਆ ਤੇ indi radio.ca ਜੇ ਲਿੰਕ ਨਹੀਂ ਓਪਨ ਹੁੰਦਾ ਆਪਣੇ ਤੌਰ ਤੇ indi radio.ca ਇੱਕ ਸਿਰੇ ਤੇ ਆ ਡਾਉਣੀ ਆ ਜੀ ਇੱਕ ਆਪਣੇ ਸਿਰ ਤੇ ਆਉਣੀ ਸਭ ਨੂੰ ਪਤਾ ਹੀ ਆ ਇੰਡੀਆ ਚ ਆਪਣਾ ਇਹ ਬੈਨ ਹੋ ਗਿਆ ਆ ਚਲੋ ਬਾਹਰ ਤਾਂ ਪ੍ਰਦੇਸਾਂ ਦਾ ਚੱਲਦਾ ਹੀ ਆ ਸੋ ਤੁਹਾਡੀ سپورਟ ਦੀ ਬਹੁਤ ਲੋੜ ਆ ਦੇਖੋ ਕਿੱਥੇ ਕਿੱਡਿਆਂ ਵੱਡਿਆਂ ਧਾਰਿਆਂ ਨਾਲ ਸਰਕਾਰਾਂ ਨਾਲ ਮੱਥਾ ਲਾਉਣਾ ਤੁਹਾਡੀ سپورਟ ਤੋਂ ਬਿਨਾ ਭਾਈ ਜੀ ਕੱਖ ਨਹੀਂ ਗਾ ਤੁਹਾਡੇ ਸਿਰ ਤੇ ਹੀ ਮੈਂ ਵੀ ਬੁੱਕ ਦਾ ਫਿਰਦਾ ਤੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਵੱਧ ਤੋਂ ਵੱਧ ਲਿੰਕ ਕਲਿੱਕ ਕਰੋ ਮੇਰੀ ਫਾਈਨੈਂਸ਼ੀਅਲੀ ਸਪੋਰਟ ਕਰੋ ਤੇ ਸਾਰੇ ਸਤਿ ਸ੍ਰੀ ਅਕਾਲ ਗਰਗਰ ਮੋਦੀ ਗਰਗਰ ਮੋਦੀ ਪੁੱਠੇ ਕੰਮ ਨਾ ਕਰ ਗਰਗਰ ਮੋਦੀ ਮੋਦੀ ਦੀਆਂ ਭੇਡਾਂ ਦਾ ਕਾਲ ਇੰਦੀ ਜੋ ਸਵਾਲ ਮੁੰਡਾ ਡੱਬਿਆਂ ਦਾ ਪਿੰਡ ਨਰੂੜ ਵਾਲਾ ਸਾਰੇ ਪਾਸੇ ਵੀਡੀਓ ਪਹਚਾਇਓ ਤੇ ਮੋਦੀ ਦੇ ਭਗਤਾਂ ਦੀਆਂ ਕਾਲੀਆਂ ਕਰਤੂਤਾ ਤੁਸੀਂ ਦਿਖਾਇਓ ਨਹੀਂ ਤਾਂ ਇਹ ਨਹੀਂ ਸਿੱਖਾਂ ਦੀ ਬਦਨਾਮੀ ਕਰੀ ਜਾਣੀ ਸ਼ੁਕਰੀਆ ਅਦੀਓ